ਬੀਤੇ ਦਿਨ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਕੀਤੀ ਗਈ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਰਮਨਾਕ ਹਰਕਤ ਤੇ ਜਿੱਥੇ ਪੂਰੇ ਦੇਸ਼ ਦੇ ਲੋਕਾਂ ਦੇ ਵਿੱਚ ਰੋਸ਼ ਹੈ, ਉੱਥੇ ਹੀ ਸਿਆਸੀ ਬਿਆਨਬਾਜ਼ੀਆਂ ਇਸ ਪੂਰੇ ਮਾਮਲੇ ਤੇ ਹੁਣ ਸ਼ੁਰੂ ਹੋ ਚੁੱਕੀ ਹੈ। ਪਰ ਅਜੇ ਤੱਕ ਨਵਜੋਤ ਸਿੰਘ ਸਿੱਧੂ ਦੀ ਸਟੇਟਮੈਂਟ ਇਸ ਪੂਰੇ ਮਾਮਲੇ ਤੇ ਨਹੀਂ ਆਈ ਹੈ। ਲੋਕ ਕਿਸ ਤਰ੍ਹਾਂ ਦੇਖਦੇ ਨੇ ਇਸ ਪੂਰੇ ਮਾਮਲੇ ਨੂੰ, ਦੇਖਾਂਗੇ ਇਸ ਰਿਪੋਰਟ ਦੇ ਵਿੱਚ। ਜਿਨ੍ਹਾਂ ਨੇ ਐਡੀ ਵੱਡੀ ਘਟਨਾ ਦੇ ਬਾਵਜੂਦ ਇੱਕ ਵੀ ਆਪਦਾ ਕੋਈ ਸਟੇਟਮੈਂਟ ਨਹੀਂ ਦਿੱਤੀ, ਕਿਉਂਕਿ ਸਾਨੂੰ ਇਹ ਨਹੀਂ ਸਮਝ ਆ ਰਹੀ ਵੀ ਸਿੱਧੂ ਸਾਹਿਬ ਹਿੰਦੁਸਤਾਨ 'ਚ ਰਹਿੰਦੇ ਹੋਏ ਪਾਕਿਸਤਾਨ ਦੀ ਐਡੀ ਕਿਉਂ ਉਹ ਕਰਦੇ ਆ ਇਹ। ਇਹਨਾਂ ਨੂੰ ਚਾਹੀਦਾ, ਸਿੱਧੂ ਸਾਹਿਬ ਨੂੰ ਚਾਹੀਦਾ ਸੀ ਵੀ ਹੁਣ ਤੱਕ ਪਹਿਲਾਂ ਜਿਹੜੀਆਂ ਯਾਰੀਆਂ ਦੇ ਨਾਤੇ ਇਹ ਗੱਲਾਂ ਕਰਦੇ ਰਹੇ ਆ, ਅੱਜ ਉਹ ਯਾਰੀਆਂ ਕਿੱਧਰ ਚਲੀਆਂ ਗਈਆਂ ਉਹ। ਇਹਨਾਂ ਨੂੰ ਇਹ ਚਾਹੀਦਾ ਹੁਣ ਸਿੱਧੂ ਸਾਹਿਬ ਕਿੱਥੇ ਬੈਠੇ ਆ। ਹਰ ਬੱਚਾ ਪੁੱਛ ਰਿਹਾ, ਹਰ ਬੰਦਾ ਇਹ ਗੱਲ ਪੁੱਛ ਰਿਹਾ ਵੀ ਸਿੱਧੂ ਸਾਹਿਬ ਕੁਛ ਬੋਲੋ, ਤੁਹਾਡੀਆਂ ਬੜੀਆਂ ਯਾਰੀਆਂ ਸੀ ਉੱਥੇ, ਬੜੀਆਂ ਜੱਫੀਆਂ ਪਾਈਆਂ, ਤੁਸੀਂ ਉਹ ਗੇਟ ਖੁਲਵਾਇਆ, ਤੁਸੀਂ ਕਹਿੰਦੇ ਹੋ ਮੇਰਾ ਵੱਡਾ ਯੋਗਦਾਨ ਆ, ਸਾਡਾ ਪੂਰਾ ਯੋਗਦਾਨ ਆ, ਅੱਜ ਉਹ ਯੋਗਦਾਨ ਕਿੱਥੇ ਹੈ। ਨਵਜੋਤ ਸਿੰਘ ਨੂੰ ਬੋਲਣਾ ਚਾਹੀਦਾ ਹੈ, ਕਿਉਂਕਿ ਉਸ ਟਾਈਮ ਪਹਿਲੇ ਗੁਰਦੁਆਰੇ ਤੋਂ ਉਹੀ ਗਿਆ ਸੀਗਾ ਜਿਹੜਾ ਮਿਲ ਕੇ ਆਇਆ ਸੀ, ਕਹਿੰਦਾ ਸੀ ਜੀ ਮੈਂ ਪੰਜਾਬੀਆਂ ਵਾਸਤੇ ਬਹੁਤ ਕੁਛ ਕਰਕੇ ਆਇਆ, ਦਰਵਾਜ਼ੇ ਖੁਲਵਾਤੇ ਹੋਊਗਾ, ਲੇਕਿਨ ਹੁਣ ਜੋ ਉਹਦੇ ਹਾਲਾਤ ਹੋਏ ਹੋਏ ਆ, ਹੁਣ ਨਵਜੋਤ ਸਿੰਘ ਨੂੰ ਕਿੱਥੇ ਹੈ, ਉਹਨੂੰ ਸਾਹਮਣੇ ਆਉਣਾ ਚਾਹੀਦਾ ਆ ਕੇ। ਉਹ ਜੱਫੀਆਂ ਪਾਉਣ ਜਾ ਕੇ ਉੱਥੇ, ਅਤੇ ਹੁਣ ਕਿਉਂ ਨਹੀਂ ਬੋਲਦਾ ਵੀ ਭਾਈ ਆਪਣਾ ਵੀ ਮੈਂ ਭਾਈ ਤੁਹਾਡੇ ਇਮਰਾਨ ਨੂੰ ਜਾ ਕੇ ਕਹਾਂ ਕੁਛ ਨਾ ਕਹਾਂ, ਅਤੇ ਕਾਂਗਰਸ ਨੇ ਵੀ ਕੁਛ ਨਹੀਂ ਕਿਹਾ, ਕਾਂਗਰਸ ਨੇ ਸੋਨੀਆ ਗਾਂਧੀ ਨੇ ਬਸ ਮਾੜਾ ਜਿਹਾ ਕਹਿਤਾ ਵੀ ਮੋਦੀ ਕਰੇ। ਸਿੱਧੂ ਸਾਹਿਬ ਬਹੁਤ ਜੱਫੀਆਂ ਪਾਉਂਦੇ ਸੀ ਵੀ ਬਾਜਵਾ ਜੀ ਮੇਰੇ ਯਾਰ ਹੈ, ਇਮਰਾਨ ਖਾਨ ਮੇਰੇ ਨਾਲ ਕ੍ਰਿਕਟ ਖੇਡਿਆ ਹੋਇਆ ਅਤੇ ਮੇਰਾ ਯਾਰ ਹੈ, ਮੈਂ ਤਾਂ ਉਹਨਾਂ ਦੇ ਬੁਲਾਵੇ 'ਤੇ ਜਾਂਦਾ, ਹੁਣ ਕਿਉਂ ਨਹੀਂ ਜਾਂਦੇ ਉਹਨਾਂ ਦੇ ਬੁਲਾਵੇ 'ਤੇ, ਜਾਂ ਹੁਣ ਕਿਉਂ ਨਹੀਂ ਉਹਨਾਂ ਨੂੰ ਜਾ ਕੇ ਇਹ ਗੱਲ ਕਹਿੰਦੇ ਵੀ ਭਾਈ ਕਿਉਂ ਕਰਦੇ ਪਏ ਹੋ, ਜਦੋਂ ਉਹਨਾਂ ਦੇ ਯਾਰ ਆ ਉਹਨਾਂ ਦੀ ਮੰਨਦੇ ਆ ਤਾਂ ਉਹਨਾਂ ਦੀ ਮੰਨਣਗੇ ਮੰਨਣਗੇ, ਅਤੇ ਇਸ ਵੇਲੇ ਸਿੱਧੂ ਸਾਹਿਬ ਦੀ ਕੋਈ ਨਾ ਕੋਈ ਸਟੇਟਮੈਂਟ ਆਉਣੀ ਬਹੁਤ ਜ਼ਰੂਰੀ ਹੈ। ਅਸੀਂ ਬਹੁਤ ਹੀ ਇਹਨਾਂ ਨੂੰ ਵਧੀਆ ਮੰਨਦੇ ਸੀਗੇ, ਮੇਰਾ ਆਪਣਾ ਵਿਊ ਹੈ ਵੀ ਬਹੁਤ ਵਧੀਆ ਲੀਡਰ ਸੀਗੇ, ਪਤਾ ਨਹੀਂ ਕੀ ਗੱਲ ਹੈ, ਕਿਸ ਗੱਲ ਕਰਕੇ ਸ਼ਾਂਤ ਹੈ, ਇਹਨਾਂ ਨੂੰ ਇਸ ਗੱਲ ਦੇ ਵਿੱਚ ਅੱਗੇ ਆਉਣਾ ਚਾਹੀਦਾ, ਕੁਛ ਨਾ ਕੁਛ ਤਾਂ ਬਿਆਨਬਾਜ਼ੀ ਜ਼ਰੂਰ ਚਾਹੀਦੀ ਹੈ। ਕਰਤਾਰਪੁਰ ਕੋਰੀਡੋਰ ਦਾ ਸਾਰਾ ਕ੍ਰੈਡਿਟ ਸੀ ਉਹਨਾਂ ਨੂੰ ਦਿੰਦੇ, ਅਸੀਂ ਮੰਨਦੇ ਹਾਂ ਕਿ ਉਹ ਹੀਰੋ ਨੇ, ਪਰ ਅੱਜ ਤੱਕਰ ਉਹ ਕਿੱਥੇ ਨੇ, ਉਹ ਚੁੱਪ ਨੇ। ਤਾਂ ਦੇਖਿਆ ਤੁਸੀਂ ਕਿ ਲੋਕਾਂ ਦੇ ਵਿੱਚ ਇਸ ਪੂਰੇ ਮਾਮਲੇ 'ਤੇ ਕਿੰਨਾ ਕੁ ਰੋਸ਼ ਹੈ। ਲੋਕ ਕਹਿ ਰਹੇ ਆ ਕਿ ਨਵਜੋਤ ਸਿੰਘ ਸਿੱਧੂ ਨੂੰ ਇਮਰਾਨ ਖਾਨ ਦੇ ਨਾਲ ਗੱਲਬਾਤ ਕਰਕੇ ਉਸ ਸ਼ਰਾਰਤੀ ਅਨਸਰ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣੀ ਚਾਹੀਦੀ ਹੈ। ਕੈਮਰਾਮੈਨ ਮੁਕੁਲ ਦੇ ਨਾਲ ਜੁਗਨੂ ਸ਼ਰਮਾ, ਦੈਨਿਕ ਸਵੇਰਾ ਟੀਵੀ, ਬਠਿੰਡਾ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ, 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ, ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ, ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।